ਉਸ ਤੋਂ ਇਸ ਵਕਤ ਅਸੀਂ ਸੰਗਰੂਰ ਦਾ ਜਿਹੜਾ ਵੱਡਾ ਨੈਸ਼ਨਲ ਹਾਈਵੇ ਹੈਗਾ ਬਠਿੰਡਾ ਪਟਿਆਲਾ ਉੱਥੇ ਅਸੀਂ ਆਏ ਹਾਂ ਔਰ ਪਿੱਛੇ ਮੇਰੇ ਭਗਵੰਤ ਮਾਨ ਦੀ ਜਿਹੜੀ ਸੰਗਰੂਰ ਜਿਹੜੀ ਕੋਠੀ ਆ ਰਿਹਾਇਸ਼ ਆ ਉੱਥੇ ਪ੍ਰੋਟੈਸਟ ਕਰਨ ਵਾਸਤੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਡੇ ਬਹੁਤ ਹੀ ਮਿਹਨਤਕਸ਼ ਵਰਗ ਜਿਹੜਾ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਰਜਿਸਟਰਡ ਨੰਬਰ 37 ਇਹ ਸਾਰੇ ਧਰਨੇ ਤੇ ਬੈਠੇ ਨੇ ਅੱਜ 104 ਦਿਨ ਹੈ 104 ਦਿਨ ਹੋ ਗਏ ਨੇ ਔਰ ਇਸ ਤਰ੍ਹਾਂ ਦੀਆਂ 6 ਹੋਰ ਜਥੇਬੰਦੀਆਂ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੀਆਂ ਬੜੀ ਵਾਜਬ ਗੱਲ ਨੂੰ ਲੈ ਕੇ ਤੁਸੀਂ ਅਗਰ ਪਿੱਛੇ ਬੋਰਡ ਦੇਖਦੇ ਹੋ ਇਹਨਾਂ ਦੇ ਉੱਤੇ ਪਿੱਛੇ ਸਰਕਾਰ ਨੇ ਇਹਨਾਂ ਦੇ ਜਦੋਂ ਆਪਣੀਆਂ ਮੰਗਾਂ ਮੰਗਣ ਗਏ ਤੇ ਲਾਠੀਚਾਰਜ ਕੀਤਾ ਬਾਬਾ ਸਾਹਿਬ ਅੰਬੇਦਕਰ ਦੇ ਇਹਨਾਂ ਨੇ ਤਸਵੀਰਾਂ ਲਾਈਆਂ ਤੇ ਬਾਬਾ ਸਾਹਿਬ ਦੀ ਅੰਬੇਦਕਰ ਦੀਆਂ ਫੋਟੋਆਂ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਟੰਗਦੇ ਨੇ ਪਰ ਬਾਬਾ ਸਾਹਿਬ ਅੰਬੇਦਕਰ ਦੀ ਜੋ ਉਹਨਾਂ ਦੇ ਸ਼ਰਧਾਲੂ ਨੇ ਉਹਨਾਂ ਦੀ ਗੱਲ ਮੰਨਣ ਤੋਂ ਮੁਨਕਰ ਹਨ। ਮਸਲਾ ਇਹ ਹੈਗਾ ਮੇਰੇ ਨਾਲ ਇਸ ਪੱਲੇਦਾਰ ਜਿਹੜੀ ਪ੍ਰਦੇਸ਼ ਯੂਨੀਅਨ ਜਥੇਬੰਦੀ ਆ ਉਹਦੇ ਪ੍ਰਧਾਨ ਸਾਹਿਬ ਮੇਰੇ ਨਾਲ ਬੈਠੇ ਨੇ ਇਸ ਵਕਤ ਇਹਨਾਂ ਦਾ ਨਾਮ ਹੈ ਸਤਨਾਮ ਸਿੰਘ ਔਰ ਜ਼ਿਲ੍ਹੇ ਦੇ ਪ੍ਰਧਾਨ ਇਹਨਾਂ ਦੇ ਹਨ ਜੋਗਿੰਦਰ ਸਿੰਘ ਤੇ ਸੰਖੇਪ ਤੌਰ ਤੇ ਇਹਨਾਂ ਦੀ ਮੰਗ ਹੈ ਕਿ ਜਿਹੜਾ ਪੱਲੇਦਾਰੀ ਸਿਸਟਮ ਹੋਇਆ ਉਹਦੇ ਵਿੱਚ ਇਹ ਦਲਾਲੀ ਖਤਮ ਕਰਨਾ ਚਾਹੁੰਦੇ ਨੇ। ਇਹ ਕਹਿੰਦੇ ਨੇ ਕਿ ਜੋ ਵੀ ਅਸੀਂ ਲੇਬਰ ਕਰਦੇ ਹਾਂ FCI ਦੇ ਜਾਂ ਸਟੇਟ ਦੇ ਪੰਸਪ ਦੇ ਦੂਜੇ ਗੋਦਾਮਾਂ ਚੋਂ ਅਸੀਂ ਅਨਾਜ ਚੁੱਕ ਕੇ ਢੋ ਕੇ ਚੱਕ ਕੇ ਆਪਣੇ ਮੋਢਿਆਂ ਦੇ ਉੱਤੇ ਤੇ ਅਸੀਂ ਜਿਹੜਾ ਟ੍ਰੇਨਾਂ ਤੇ ਚਾੜਦੇ ਹਾਂ ਤਾਂ ਕਿ ਦੇਸ਼ ਦੇ ਸਾਰੇ ਕੋਨਿਆਂ ਤੱਕ ਇਹ ਅਨਾਜ ਪਹੁੰਚ ਸਕੇ ਉਸ ਅਨਾਜ ਨੂੰ ਪਹੁੰਚਾਉਣ ਵਿੱਚ ਇਹਨਾਂ ਗਰੀਬ ਮਿਹਨਤਕਸ਼ ਲੋਕਾਂ ਦਾ ਬਹੁਤ ਵੱਡਾ ਰੋਲ ਆ। ਤਾਂ ਇਹਨਾਂ ਨੇ ਬਹੁਤ ਦਿਨ ਤੋਂ ਸਰਕਾਰ ਪੰਜਾਬ ਨੂੰ ਕਿਹਾ ਪਿਛਲੀ ਸਰਕਾਰ ਨੂੰ ਵੀ ਕਿਹਾ ਇਹਦੇ ਤੇ ਗਿਲਾ ਵੀ ਹੈ ਇਹਨਾਂ ਨੂੰ ਪਿਛਲੀ ਸਰਕਾਰ ਦੇ ਮੰਤਰੀਆਂ ਦੇ ਉੱਤੇ ਕਿ ਸਾਡੀ ਗੱਲ ਅਣਗੋਲਿਆਂ ਕੀਤੀ ਉਹ ਤੋਂ ਮਗਰਲੀ ਸਰਕਾਰ ਤੇ ਵੀ ਇਹਨਾਂ ਨੂੰ ਗਿਲਾ ਵਾ ਮਗਰਲੀਆਂ ਸਾਰੀਆਂ ਸਰਕਾਰਾਂ ਤੇ ਗਿਲਾ ਪਰ ਹੁਣ ਇਹਨਾਂ ਨੂੰ ਉਮੀਦ ਸੀਗੀ ਕਿ ਸਾਡਾ ਜਿਹੜਾ ਠੇਕੇਦਾਰੀ ਸਿਸਟਮ ਇਹ ਖਤਮ ਕਰਨਗੇ ਮੌਜੂਦਾ ਸਰਕਾਰ ਔਰ ਸਾਨੂੰ ਜਿਹੜੀ ਪੇਮੈਂਟ ਆ ਉਹ ਡਾਇਰੈਕਟ ਹੋਵੇਗੀ। ਸ਼ਾਇਦ ਗਵਰਨਮੈਂਟ ਆਫ ਇੰਡੀਆ ਦਾ ਰੇਟ ਹੈਗਾ ਵਾ ਪਰ 50 ਕਿਲੋ ਦੀ ਬੋਰੀ ਦਾ ਹੈਗਾ ਵਾ ਲਗਭਗ 4 ਰੁਪਈਏ ਤੇ ਹੁਣ ਇਹਨਾਂ ਨੂੰ ਜਦੋਂ ਇੱਥੇ ਜਦੋਂ ਠੇਕੇਦਾਰੀ ਸਿਸਟਮ ਜਾਂਦੇ ਜਦੋਂ ਸਰਕਾਰ ਕੰਪੀਟੀਸ਼ਨ ਕਰਾ ਦਿੰਦੀ ਆ ਟੈਂਡਰ ਪਵਾ ਦਿੰਦੀ ਆ ਉਹ ਇਹਨਾਂ ਦਾ ਭਾਅ ਘੱਟ ਕੇ ਰਹਿ ਜਾਂਦਾ ਕਈ ਵਾਰੀ 1.5 ਰੁਪਈਆ ਜਾਂ 2 ਰੁਪਈਏ ਤੱਕ ਇਹਨਾਂ ਨੂੰ ਮਿਲਦੇ ਇਹਦਾ ਮਤਲਬ 2 ਰੁਪਈਏ ਵਿਚਾਰਿਆਂ ਦੇ ਖਾਧੇ ਗਏ ਨੇ। ਸੋ ਇਹ ਦਲਾਲੀ ਚਾਹੁੰਦੇ ਨੇ ਖਤਮ ਹੋਵੇ ਤੇ ਮੈਂ ਇਹਨਾਂ ਦੀ ਸਪੋਰਟ ਕਰਨ ਆਇਆ ਮੈਂ ਚੋਣ ਕਰਕੇ ਨਹੀਂ ਇੱਥੇ ਆਇਆ ਕਿਉਂਕਿ ਇਹ ਬੈਠੇ ਸੀਗੇ ਇਹਨਾਂ ਨਾਲ ਅਸੀਂ ਦੇਖਿਆ ਗਰੀਬਾਂ ਨੂੰ ਬੈਠਿਆਂ ਨੂੰ ਤਾਂ ਮੈਂ ਇੱਥੇ ਪਹੁੰਚਾ ਵਾਹਿਗੁਰੂ ਦੀ ਕਿਰਪਾ ਨਾਲ ਅਗਰ ਮੈਂ ਇੱਥੋਂ ਜਿੱਤਦਾ ਲੋਕ ਸਭਾ ਦੇ ਵਿੱਚ ਤਾਂ ਮੈਂ ਇਹਨਾਂ ਦਾ ਮਸਲਾ ਉਠਾਉਂਗਾ ਅੱਜ ਵੀ ਪਬਲਿਕ ਡੋਮੇਨ ਚ ਇਹਨਾਂ ਦੀ ਆਵਾਜ਼ ਬਣ ਕੇ ਤੁਹਾਡੇ ਇੱਥੇ ਲੈ ਕੇ ਆ ਰਿਹਾ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ, ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।